देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। मोदी सरकार वल्लों किसानां नूं खेती नूं इक ट्रेड बनाउण दा जो ऑर्डिनेंस लिआंदा गया ते उस नूं बाद दे विचों एक्ट बनाया गया, किसानां वल्लों लगातार उस दा विरोध जारी है। 26 नवंबर तो किसान लगातार दिल्ली धरने दे उत्ते बैठे ने, परंतु अजे तक कोई भी गलबात किसे सिरे नहीं लगी। किसान रद्द करवाउण दे मूड दे विच ने, ते परंतु मोदी सरकार अजे तक उन्हां कानूनां दे फायदे ही गिणा रही है। मामला सुप्रीम कोर्ट तक पहुँच गया, तो सुप्रीम कोर्ट वल्लों हल करन वास्ते किसानां दीआं मुश्किलां नूं नेड़ों तकण वास्ते एक कमेटी बनाई गई, जिस दे मैंबर भुपिंदर सिंह मान नूं भी बनाया गया, परंतु उन्हां वल्लों एक दिन बाद ही अपने आप नूं इस पैनल तो अलग कर लिया गया। गलबात करन वास्ते मेरे नाल मान साहब मौजूद हैगे ने। मान साहब, आखिर की मजबूरी जां वजह बनी जी कि एक दिन बाद ही तुसीं पैनल तो अपने आप नूं अलग कर लिया? एक दिन बाद नहीं, एक घंटा बाद। इस तरह ਤੁਸੀਂ ਇੱਕ ਦਿਨ ਇਸ ਕਰਕੇ ਆਖਿਆ ਕਿ 12 ਨੂੰ ਹੋਇਆ ਅਤੇ ਮੈਂ 14 ਨੂੰ ਦਿੱਤਾ। ਅਸਲ 'ਚ 12 ਨੂੰ ਜਦੋਂ ਕੀਤਾ ਉਦੋਂ ਕਨਫਿਊਜ਼ਨ ਸੀ ਵੀ ਕਿਹਦਾ ਨਾਂ ਹੈ ਕੀ ਹੈ, ਕਿਸੇ ਨੂੰ ਤੁਹਾਨੂੰ ਵੀ ਨਹੀਂ ਸੀ ਪਤਾ, ਨਾਂ ਵੀ ਗਲਤ ਲੈ ਰਹੇ ਸੀ। ਅਤੇ ਲੇਕਿਨ ਮੇਰੇ ਕੋਲ ਜਿੰਨਾ ਚਿਰ ਓਫੀਸ਼ੀਅਲ ਕੋਈ ਇਨਫੋਰਮੇਸ਼ਨ ਨਹੀਂ ਆਉਂਦੀ ਉਹਨਾਂ ਚਿਰ ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਸੀ ਕਰ ਸਕਦਾ, ਨਾ ਮੈਂ ਕੋਈ ਡਿਸੀਜਨ ਲੈ ਸਕਦਾ ਸਾਂ। ਮੇਰੇ ਕੋਲ ਇਹ ਓਫੀਸ਼ੀਅਲ ਕਮਿਊਨੀਕੇਸ਼ਨ 14 ਤਰੀਕ ਨੂੰ ਆਈ, ਕੱਲ੍ਹ ਆਈ 12 ਵਜੇ ਤੁਹਾਡੇ ਸਾਹਮਣੇ। ਇੱਕ ਦਿਨ ਦੀ ਨਹੀਂ ਗੱਲ, ਇੱਕ ਇਹ 14 ਤਰੀਕ 12 ਵਜੇ ਮੇਰੇ ਕੋਲ ਓਫੀਸ਼ੀਅਲ ਕਮਿਊਨੀਕੇਸ਼ਨ ਆਈ। ਮੈਂ ਉਸ ਤੋਂ ਬਾਅਦ ਉਸੇ ਵੇਲੇ, ਕਿਉਂਕਿ ਮੇਰਾ ਮਨ ਸੀ, ਮੈਂ ਆਪਣਾ ਨੈਤਿਕ ਆਧਾਰ, ਨੈਤਿਕ ਫਰਜ਼ ਸਮਝਦਿਆਂ ਹੋਇਆਂ ਮੈਂ ਸਮਝਿਆ ਵੀ ਚੀਫ ਜਸਟਿਸ ਆਫ ਇੰਡੀਆ ਨੇ, ਸੁਪਰੀਮ ਕੋਰਟ ਆਫ ਇੰਡੀਆ ਨੇ ਮੇਰੇ 'ਤੇ ਵਿਸ਼ਵਾਸ ਜ਼ਾਹਰ ਕੀਤਾ ਅਤੇ ਮੇਰੇ 'ਤੇ ਇੱਕ ਜ਼ਿੰਮੇਵਾਰੀ ਲਾਈ ਹੈ। ਮੈਂ ਇਹ ਫੈਸਲਾ ਲੈਣ ਤੋਂ ਪਹਿਲਾਂ ਚੀਫ ਜਸਟਿਸ ਆਫ ਇੰਡੀਆ ਨਾਲ ਗੱਲ ਕਰਨੀ ਜ਼ਰੂਰੀ ਸਮਝਦਾ ਸਾਂ। ਮੈਂ ਉਸੇ ਵੇਲੇ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ। ਥੋੜ੍ਹੇ ਚਿਰ ਬਾਅਦ, ਕੁਝ ਚਿਰ ਤਾਂ ਲੱਗਦਾ ਹੀ ਹੈ ਨਾ, ਮੇਰਾ ਥਰੂ ਹੋ ਗਿਆ। ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਆਪਣਾ ਦੱਸਿਆ ਮਨ, ਅਤੇ ਉਹਨਾਂ ਕੋਲੋਂ ਖਿਮਾ ਜਾਚਨਾ ਕੀਤੀ ਕਿ ਮੈਂ ਇਸ ਕਮੇਟੀ ਵਿੱਚ ਨਹੀਂ ਰਹਿਣਾ ਚਾਹਾਂਗਾ। ਇਹ ਇਸ ਤੋਂ ਬਾਅਦ ਇਹ ਕਰਕੇ ਫਿਰ ਮੈਂ ਤੁਹਾਨੂੰ ਮਿੱਤਰਾਂ ਨੂੰ ਜਦੋਂ ਮੈਂ ਉਹਦੇ ਤੋਂ ਲਿਖ ਦਿੱਤਾ, ਛੱਡ ਦਿੱਤਾ, ਤਾਂ ਮੈਂ ਹੁਣ ਕਮੈਂਟ ਕਰ ਰਿਹਾ ਭਈ ਮੈਂ ਓਪਨ ਹਾਂ, ਹੁਣ ਮੈਂ ਕਮੇਟੀ ਮੈਂਬਰ ਨਹੀਂ ਹਾਂ। ਲੇਕਿਨ ਇਹ ਸਾਰਾ ਇੱਕ ਘੰਟੇ ਦਾ, ਪੌਣੇ ਘੰਟੇ ਦਾ ਸਾਰਾ ਸੀਗਾ। ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਸਾਰਾ ਕਰਕੇ ਮੈਂ ਤੁਹਾਨੂੰ ਪ੍ਰੈਸ ਰਿਲੀਜ਼ ਕਰਤਾ। ਇੱਕ ਦਿਨ ਦੀ ਵੀ ਗੱਲ ਨਹੀਂ, ਇੱਕ ਘੰਟੇ ਦੀ ਹੀ ਗੱਲ ਹੈ। ਮਨ ਸਾਹਿਬ, ਆਖਿਰ ਕੀ ਵਜ੍ਹਾ ਬਣੀ ਹੈਗੀ, ਕਿਉਂ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਲਿਆ? ਕਿਉਂਕਿ ਸੁਪਰੀਮ ਕੋਰਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇਖਣ ਵਾਸਤੇ ਇਹ ਕਮੇਟੀ ਬਣਾਈ ਸੀ, ਤੁਸੀਂ ਖੁਦ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਹੋ, ਪੰਜਾਬ ਨਾਲ ਬਿਲੋਂਗ ਕਰਦੇ ਹੋ, ਕੀ ਵਜ੍ਹਾ ਬਣੀ ਜੀ? ਇਸ ਤਰ੍ਹਾਂ ਕਿ ਇਹ ਸਾਰਿਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਤੇ ਜਿਹੜੇ ਉੱਥੇ ਜਦੋਜਹਿਦ ਕਰ ਰਹੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਮੈਂ ਠੀਕ ਸਮਝਿਆ ਇਹ ਫੈਸਲਾ ਲੈਣਾ ਔਰ ਕਮੇਟੀ ਤੋਂ ਬਾਹਰ ਹੋਣਾ। ਉਹ ਭਾਵਨਾ ਇਸ ਕਰਕੇ ਉਹਨਾਂ ਦੀਆਂ ਮੈਂ ਸਮਝਦਾ ਕਿ ਜਦੋਂ ਇਸ ਕਮੇਟੀ ਵਿੱਚ ਇਹ ਸੀ ਕਿ ਕਮੇਟੀ ਉਹਨਾਂ ਨਾਲ ਗੱਲਬਾਤ ਕਰਕੇ, ਜਿਹੜੇ ਵੀ ਪਾਰਟੀਜ਼ ਨੇ ਉਹਨਾਂ ਨਾਲ ਗੱਲ ਕਰਕੇ ਕੋਈ ਉਹਨਾਂ ਦਾ ਵਿਊ ਪੁਆਇੰਟ ਸੁਣੇਗੀ, ਕੋਈ ਦੱਸੇਗੀ, ਉਹ ਦੱਸਣਗੇ। ਜਦੋਂ ਉਸ ਕਮੇਟੀ ਨੇ ਇਹ ਨਿਰਣਾ ਲੈ ਲਿਆ ਜਾਂ ਉਹਨਾਂ ਨੇ ਐਜੂਟੇਸ਼ਨ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਨਿਰਣਾ ਲੈ ਲਿਆ ਕਿ ਅਸੀਂ ਉਸ ਕਮੇਟੀ ਦੇ ਸਾਹਮਣੇ ਨਹੀਂ ਜਾਣਾ, ਨਹੀਂ ਗੱਲ ਕਰਨੀ, ਤਾਂ ਫਿਰ ਮੈਂ ਸਮਝਦਾ ਸਾਂ ਕਬੂਤਰ ਧੁੱਕ ਨਹੀਂ ਰਹਿ ਜਾਂਦਾ ਉਸ ਕਮੇਟੀ 'ਚ ਰਹਿਣ ਦਾ। ਉਹ ਫਿਰ ਜਿਹੜੀ ਜ਼ਿੰਮੇਵਾਰੀ ਲਾਈ ਹੋਈ ਹੈ ਇਨਫਰਕਚੁਅਸ ਹੋ ਜਾਂਦੀ ਹੈ, ਉਹਦਾ ਕੋਈ ਲਾਭ ਨਹੀਂ। ਇਸ ਕਰਕੇ ਮੈਂ ਉਹ ਤੋਂ ਅਲੱਗ ਹੋ ਗਿਆ। ਮਨ ਸਾਹਿਬ, ਇਹ ਜਿਸ ਦਿਨ ਤੋਂ ਤੁਹਾਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਉਸ ਦਿਨ ਤੋਂ ਇੱਕ ਇਹ ਗੱਲ ਵੀ ਸਾਹਮਣੇ ਆ ਰਹੀ ਸੀ ਕਿ ਮਾਨ ਸਾਹਿਬ ਕਿਤੇ ਨਾ ਕਿਤੇ ਇਹਨਾਂ ਬਿੱਲਾਂ ਦੇ ਸਮਰਥਨ ਦੇ ਵਿੱਚ ਰਹੇ ਨੇ, ਕੋਈ ਇਹੋ ਜਿਹੀ ਗੱਲ ਨਹੀਂ? ਇਸ ਤਰ੍ਹਾਂ ਨਹੀਂ, ਦੇਖੋ ਵਿਚਾਰ ਹਰ ਕਿਸੇ ਦੇ ਹੁੰਦੇ ਨੇ, ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਟੋਟਲ ਮੇਰੀ, ਲੇਕਿਨ ਠੀਕ ਹੈ ਮੇਰੇ ਆਪੋ ਆਪਣੇ ਵਿਚਾਰ ਹੁੰਦੇ ਨੇ, ਪਰ ਟੋਟਲ ਸਮਰਥਨ ਵਾਲੀ ਗੱਲ ਕਿਤੇ ਵੀ ਨਹੀਂ ਸੀ ਆਈ। ਮੈਂ ਇਹ ਠੀਕ ਹੈ, ਮੈਂ ਸਮਝਦਾ ਕਿ ਆਪੋ ਆਪਣੇ ਵਿਚਾਰ ਰੱਖਣ ਦਾ ਹਰ ਇੱਕ ਨੂੰ ਹੱਕ ਹੈ, ਔਰ ਉੱਥੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਵਿਚਾਰ ਵੀ ਮੈਂ ਆਨਰ ਕਰਦਾ, ਔਰ ਮੈਂ ਸਮਝਦਾ ਵੀ ਉਹ ਇੱਜ਼ਤ ਦੇ ਬਾਇਸ ਨੇ ਸਾਰੇ ਵਿਚਾਰ। ਮਨ ਸਾਹਿਬ, ਹੁਣ ਆਪਾਂ ਅੰਦੋਲਨ ਦੀ ਗੱਲ ਕਰੀਏ, ਇੱਕ ਜਨ ਅੰਦੋਲਨ ਬਣ ਚੁੱਕਿਆ,
15 16 ਸਟੇਟਾਂ ਦੇ ਕਿਸਾਨ ਉੱਥੇ ਬੈਠੇ ਹੈਗੇ ਨੇ, ਮੋਦੀ ਸਰਕਾਰ ਨਾਲ ਗੱਲਬਾਤ ਸਿਰੇ ਨਹੀਂ ਚੜ ਰਹੀ, ਆਖਰ ਤੁਹਾਨੂੰ ਕੀ ਕਮੀਆਂ ਲੱਗ ਰਹੀਆਂ ਨੇ ਵਿੱਚ, ਕੀ ਕਾਰਨ ਨੇ? ਇੱਕ ਕਿਸਾਨ ਹੋਣ ਦੇ ਨਾਤੇ ਤੁਸੀਂ ਆਪਣੀ ਰਾਏ ਦੱਸੋ। ਬਿਲਕੁਲ, ਮੈਂ ਕਿਸਾਨ ਹਾਂ, ਕਿਸਾਨ ਬਿਲਕੁਲ ਕਿਸਾਨ ਹਾਂ, ਖੇਤੀ ਕਰਦਾ, ਹੋਰ ਕੁਝ ਨਹੀਂ ਕਰਦਾ। ਅਤੇ ਮੈਨੂੰ ਲੱਗਦਾ ਇਹ ਸਾਰੇ ਪਾਸੋਂ ਨਾ ਜਿਹੜਾ ਗੱਲਬਾਤ ਕਰਨ ਵਿੱਚ ਪਤਾ ਨਹੀਂ ਕੀ ਘਾਟ ਹੈ, ਲੇਕਿਨ ਜਿਸ ਤਰੀਕੇ ਨਾਲ ਸੰਘਰਸ਼ ਚੱਲ ਰਿਹਾ, ਇਹ ਮੈਨੂੰ ਲੱਗਦਾ ਕਿ ਸੰਘਰਸ਼ ਕਰਨ ਵਾਲੇ ਜਿਹੜੇ ਨੇ ਉਹ ਉਹਨਾਂ ਦਾ ਆਪਣਾ, ਉਹਨਾਂ ਨੇ ਆਪਣਾ ਕੋਈ ਵਿਊ ਪੁਆਇੰਟ, ਉਹਨਾਂ ਦਾ ਬਲੂ ਪ੍ਰਿੰਟ, ਉਹਨਾਂ ਦੀ ਨੀਤੀ, ਉਹਨਾਂ ਨੇ ਕਿੱਧਰ ਕਿੱਧਰ ਕਰਨਾ ਉਹ ਕਰਦੇ ਹੋਣਗੇ, ਉਹ ਕਾਫੀ ਤਜਰਬੇਕਾਰ ਨੇ, ਸਿਆਣੇ ਨੇ, ਉਹ ਜੋ ਕਰਦੇ ਹੋਣਗੇ ਠੀਕ ਕਰਦੇ ਹੋਣਗੇ ਉਹਨਾਂ ਦੀ ਨੀਤੀ ਦੇ ਹਿਸਾਬ ਨਾਲ। ਮਾਨ ਸਾਹਿਬ, ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਪਿਊਸ਼ ਗੋਇਲ ਹੈਗੇ ਨੇ ਰੇਲਵੇ ਮਿਨਿਸਟਰ, ਅਤੇ ਤੋਮਰ ਸਾਹਿਬ ਨੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਉਹ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਵੀ ਇਹ ਗੱਲ ਕਿਸਾਨਾਂ ਦੇ ਸਮਝ ਹੀ ਨਹੀਂ ਆ ਰਹੀ, ਵੀ ਜਿਹੜਾ ਅਸੀਂ ਆਰਡੀਨੈਂਸ ਬਣਾਇਆ ਇਹ ਉਹਨਾਂ ਦੇ ਸਮਝ ਹੀ ਨਹੀਂ ਆ ਰਿਹਾ, ਵੀ ਉਹ ਇਸ ਨੂੰ ਦੂਸਰੇ ਪਾਸੇ ਦੂਸਰੇ ਤਰੀਕੇ ਨਾਲ ਦੇਖ ਰਹੇ ਨੇ। ਤੁਹਾਨੂੰ ਲੱਗ ਰਿਹਾ ਕੁਛ ਇਹੋ ਜਿਹਾ ਹੈ ਆਰਡੀਨੈਂਸ ਦੇ ਵਿੱਚ ਵੀ ਜਿਹੜਾ ਅੱਗੇ ਜਾ ਕੇ ਕਿਸਾਨਾਂ ਦੇ ਖਿਲਾਫ ਚੱਲੇਗਾ, ਇਹਨੂੰ ਇੱਕ ਟ੍ਰੇਡ ਬਣਾ ਦਿੱਤਾ ਜਾਵੇਗਾ? ਜਿਹੜੀ ਲੈਂਗੁਏਜ ਹੈ ਉਹ, ਮੈਂ ਪੰਜਾਬੀ ਬੋਲਦਾ, ਕੋਈ ਤਾਮਿਲ ਬੋਲਦਾ ਹੋਵੇ ਅਤੇ ਆਪੋ 'ਚ ਉਹਨਾਂ ਦੀ ਲੈਂਗੁਏਜ ਇੱਕ ਦੂਜੇ ਨੂੰ ਸਮਝ ਨਹੀਂ ਆਉਂਦੀ, ਅਤੇ ਇਸ ਕਰਕੇ ਇੱਕ ਲੈਵਲ 'ਤੇ ਆਉਣ ਦੀ ਹੁੰਦੀ ਹੈ। ਮੇਰਾ ਖਿਆਲ ਹੈ ਇਹ ਜਿਹੜੀ ਇੱਕ ਦੂਜੇ ਦੀ ਵਿਚਾਰ ਹੈ ਨਾ, ਉਹ ਲੈਂਗੁਏਜ ਦੇ ਹਿਸਾਬ ਨਾਲ ਠੀਕ ਹੋ ਸਕਦੀ ਹੈ। ਸਾਰੀਆਂ ਧਿਰਾਂ ਨੂੰ ਇਹ ਸਾਰਾ ਕੁਝ ਡਾਇਲੋਗ 'ਤੇ ਖੈਰ ਕਰਦੇ ਹੀ ਪਏ ਨੇ, ਦੋਵੇਂ ਕਰਦੇ ਪਏ ਨੇ, ਉਸ ਡਾਇਲੋਗ ਦੇ ਵਿੱਚੋਂ ਕੀ ਨਿਕਲਦਾ, ਉਹ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਆਪਣੀ ਨੀਤੀ ਹੈ, ਉਹ ਕਰ ਰਹੇ ਹੋਣਗੇ। ਇਸ ਤਰ੍ਹਾਂ ਤਾਂ ਮਨ ਸਾਹਿਬ ਲੱਗ ਨਹੀਂ ਰਿਹਾ ਵੀ ਕੁਛ ਆਵੇਗਾ ਸਾਹਮਣੇ, ਕਿਉਂਕਿ ਉਹ ਰੱਦ ਕਰਵਾਉਣ 'ਤੇ ਲੱਗੇ ਹੋਏ ਨੇ, ਮੋਦੀ ਸਰਕਾਰ ਸਮਰਥਨ ਦੇ ਵਿੱਚ ਹੈ ਅਤੇ ਫਾਇਦੇ ਗਿਣਾ ਰਹੀ ਹੈ। ਕੀ ਕੋਈ ਵਿਚਲਾ ਰਸਤਾ ਤੁਹਾਨੂੰ ਨਜ਼ਰ ਆਉਂਦਾ ਕਿ ਜਿਸ ਦੇ ਨਾਲ ਇਹ ਸੰਘਰਸ਼ ਟਲ ਜਾਵੇ, ਜਾਂ ਕਿਉਂਕਿ ਮੋਦੀ ਸਰਕਾਰ ਦੀ ਪਹਿਲੀ ਕੋਸ਼ਿਸ਼ ਤਾਂ ਇਹ ਹੈ ਕਿਸਾਨ ਘਰਾਂ ਨੂੰ ਚਲੇ ਜਾਣ? ਇਹ ਦੇਖੋ ਇਸ ਵੇਲੇ, ਕਿਉਂਕਿ ਜਦੋਂ ਜ਼ਿਆਦਾ ਸੰਘਰਸ਼ ਆ, ਐਜੀਟੇਸ਼ਨ ਆ, ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੇ ਕਰ ਰਹੇ ਨੇ ਇਹ ਸਾਰਾ ਉਹਨਾਂ ਦੀ ਪਲੈਨਿੰਗ ਹੈ, ਉਹਦੇ ਉੱਤੇ ਕੋਈ ਵੀ ਹੋਰ ਇੱਧਰੋਂ ਉੱਧਰੋਂ ਅਸੀਂ ਤੁਸੀਂ ਮੈਂ ਤੂੰ ਕੋਈ ਕਮੈਂਟ ਕਰੀਏ ਉਹ ਠੀਕ ਨਹੀਂ ਹੈਗਾ, ਇਹ ਉਹਨਾਂ ਦਾ ਡੋਮੇਨ ਹੈ, ਉਹਨਾਂ ਨੇ ਇਹਦੇ ਬਾਰੇ ਫੈਸਲਾ ਕਰਨਾ। ਮਨ ਸਾਹਿਬ, ਹੁਣ 26 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੇ ਟਰੈਕਟਰ 'ਤੇ ਰੈਲੀ ਕੱਢਣੀ ਹੈਗੀ ਹੈ, ਅਤੇ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਵੀ ਇਹਨੂੰ ਰੋਕਿਆ ਜਾ ਸਕੇ, ਕਿਉਂਕਿ ਹਰ ਇੱਕ ਪਿੰਡ ਦੇ ਵਿੱਚੋਂ ਤਕਰੀਬਨ 10 ਜਾਂ 20 ਟਰੈਕਟਰ ਉਹ ਲੱਗੇ ਹੋਏ ਨੇ, ਵੀ ਵਲੰਟੀਅਰ ਸਾਹਮਣੇ ਆਉਣ, ਲੇਡੀਜ਼ ਖੁਦ ਲੈ ਰਹੀਆਂ ਨੇ ਟ੍ਰੇਨਿੰਗ ਟਰੈਕਟਰ ਚਲਾਉਣ ਦੀਆਂ, ਜੇਕਰ ਬੰਦੇ ਨਹੀਂ ਤਾਂ ਅਸੀਂ ਲੈ ਕੇ ਜਾਵਾਂਗੀਆਂ। ਹੋਰ ਜ਼ਿਆਦਾ ਅੰਦੋਲਨ ਇਹ ਮਤਲਬ ਆਕਰੋਸ਼ਿਤ ਹੋ ਰਿਹਾ, ਤੁਹਾਨੂੰ ਕੀ ਲੱਗ ਰਿਹਾ? ਤਾਂ ਦੇਖੋ ਇੱਕ ਗੱਲ ਤਾਂ ਹੈ ਕਿ ਅੰਦੋਲਨ ਚਲਾਉਣ ਵਾਲੀ ਲੀਡਰਸ਼ਿਪ ਜਿਹੜੀ ਹੈ ਉਹ ਵਾਰ-ਵਾਰ ਇੱਕ ਕਹਿ ਰਹੀ ਹੈ ਕਿ ਅਸੀਂ ਪੀਸਫੁਲ ਹਾਂ, ਸਾਂ ਅਤੇ ਰਹਾਂਗੇ, ਅਤੇ ਮੇਰਾ ਖਿਆਲ ਹੈ ਲੀਡਰਸ਼ਿਪ ਜਿਹੜੀ ਆ ਉਹ ਕੋਈ ਐਡੀ ਗੈਰ ਜ਼ਿੰਮੇਵਾਰ ਨਹੀਂ, ਉਹ ਸੋਚ ਕੇ ਕਰ ਰਹੀ ਹੈ। ਅਤੇ ਫਿਰ ਰਸਤਾ ਕਿਵੇਂ ਨਿਕਲੇਗਾ ਜੀ? ਤੁਸੀਂ ਹੁਣ ਖੁਦ ਕਿਸਾਨ ਨੇਤਾ ਹੋ, ਜੇ ਤੁਹਾਡੀ ਆਪਾਂ ਰਾਏ ਲਈਏ ਵੀ ਤੁਸੀਂ ਇਹ ਹੱਲ ਕਰਨਾ ਇਹਦਾ, ਜਾਂ ਕਿੱਦਾਂ ਕਿਸਾਨਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਨਿਪਟਾਈਆਂ ਜਾਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਕੀ ਲੱਗ ਰਿਹਾ ਤੁਹਾਨੂੰ ਕੋਈ ਰਸਤਾ? ਇਸ ਤਰ੍ਹਾਂ ਤਾਂ ਹੱਲ ਹੀ ਨਹੀਂ ਹੋਵੇਗਾ ਮਾਨ ਸਾਹਿਬ। ਦੇਖੋ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ, ਕਿਉਂਕਿ ਸਟੇਕ ਜਿਹੜੀ ਕਿਸੇ ਇੱਕ ਸੂਬੇ 'ਤੇ ਨਹੀਂ ਹੈ ਇਸ ਵੇਲੇ, ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਅਤੇ ਜਿਹੜੇ ਕਿਸਾਨ ਔਰਗਨਾਈਜੇਸ਼ਨਸ ਨੇ ਉਹਨਾਂ ਨਾਲ ਡਾਇਲੋਗ ਕਰਕੇ ਹੀ ਇਹ ਸਾਰਾ ਨਿਕਲੇਗਾ, ਲੇਕਿਨ ਡਾਇਲੋਗ ਵਿੱਚ ਜਿਹੜੀ ਹੈ ਉਹ ਕਿਸ ਲੈਵਲ 'ਤੇ ਜਾਣਾ ਇਹ ਤਾਂ ਕੋਈ ਨਹੀਂ ਕਹਿ ਸਕਦਾ, ਇਹ ਤਾਂ ਉਹਨਾਂ ਨੂੰ ਪਤਾ ਹੈ। ਮਾਨ ਸਾਹਿਬ, ਤੁਸੀਂ ਆਪਣੇ ਆਪ ਨੂੰ ਅਲੱਗ ਕਰ ਲਿਆ ਕਮੇਟੀ ਤੋਂ, ਤਾਂ ਜਿਹੜੇ ਬਾਕੀ ਮੈਂਬਰ ਹੈਗੇ ਨੇ 3-2 ਮਹੀਨੇ ਦਾ ਟਾਈਮ ਹੈਗਾ ਉਹਨਾਂ ਕੋਲ, ਕਿਸਾਨ ਕਹਿੰਦੇ ਅਸੀਂ ਦੱਸਣਾ ਨਹੀਂ ਕੁਛ, ਕਮੇਟੀ ਕੋਲ ਜਾਣਾ ਨੀਗਾ, ਅਤੇ ਫਿਰ ਕਮੇਟੀ ਦਾ ਕੋਈ ਮਤਲਬ ਰਹਿ ਜਾਂਦਾ ਜੀ? ਨਹੀਂ, ਮੈਂ ਤਾਂ ਆਪਣੇ ਆਪ ਨੂੰ ਕਹਿ ਸਕਦਾ ਮੈਂ ਕਮੇਟੀ ਬਾਰੇ ਨਹੀਂ ਕਮੈਂਟ ਕਰ ਸਕਦਾ, ਕਿਉਂਕਿ ਇਹ ਜਿਹੜਾ ਜਿਸ ਤਰ੍ਹਾਂ ਦਾ ਜੁਡੀਸ਼ਰੀ ਦਾ, ਸੁਪਰੀਮ ਕੋਰਟ ਆਫ ਇੰਡੀਆ ਦਾ ਮਸਲਾ, ਮੈਂ ਉਹਦੇ 'ਚ ਨਹੀਂ ਕੋਈ, ਆਪਾਂ ਕੋਈ ਵੀ ਨਹੀਂ ਕਰ ਸਕਦੇ ਵੀ ਉਹ ਕੀ। ਨਹੀਂ ਮਤਲਬ ਤੁਸੀਂ ਇਸੇ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਅਲੱਗ ਕਰ ਲਿਆ, ਤਾਂ ਉਹ ਬਾਕੀ ਮੈਂਬਰਾਂ 'ਤੇ ਵੀ ਇਹ ਚੀਜ਼ ਐਪਲੀਕੇਬਲ ਹੈਗੀ ਹੈ ਕਿ ਜੇਕਰ ਕਿਸਾਨ ਉਹਨਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਤਾਂ ਉਹ ਕਮੇਟੀ ਕਿੱਥੇ ਸਟੈਂਡ ਕਰਦੀ ਅੱਜ? ਇਹ ਮੇਰਾ ਖਿਆਲ ਹੈ, ਜਿੱਦਾਂ ਮੇਰਾ ਇੰਡੀਵਿਜੁਅਲ ਪਰਸਨਲ ਵਿਊ ਹੈ
उस तरह उन्होंने वेखना की करना है, मैनू नहीं ये बारे मैं कह नहीं सकता। अगे की कहना चाहोगे अंदोलन बारे? एक भावना भी जुड़ी हुई है सारे की, खेती भी जुड़ी हुई है, ट्रेड भी है, सारा कुछ ही है। जिस तरीके इतिहासक अंदोलन है जी करता है भाई, ये छेती तो छेती सिरे चढ़े जो ये चल रहे हैं, जिदा का जो जो उन्हों डिमांड्स ने वो पूरी लैके तो ये जी कर। कई लोगों वालों खालिस्तानी कहा गया जी अंदोलनकारियों, सहमत हो तुसीं इहदे नाल? नहीं, बिल्कुल भी नहीं, क्योंकि जिदा का पीसफुल सारा उत्ते माहौल वेखण नूं मीडिया राही मिल रहा है, ये कोई गल लगती नहीं इस तरह की, एवं गल वधाई हुई है। कि तुहानूं इह वी नज़र आउंदा कि कोई होर ताकत है जिहड़ी इस अंदोलन नूं खड़ा कर रही है जां चला रही है, क्योंकि वह किसानों ये मनने तैयार ही नहीं है भी किसान यह अंदोलन कर रहे, उन्होंने लग रहा है भी कुछ पिछे कोई फाइनैशियल मदद आ रही है जां कोई होर दिमाग काम कर रहा है? नहीं, मैनू नहीं लगता। देखो देखो ये तो पिंडां विचों फंड्स जा रहे हैं, लोग इकट्ठे कर रहे हैं, तो फॉरन विचों की आना, रुपया रुपया फंड इकट्ठा हो उत्थे किन्ना हो जाता, इदां दी नहीं कोई गल मैनू नहीं लगता। बहुत बहुत शुक्रिया मान साहब। सो रविंदर सिंह माजी ने दस्या है कि उन्होंने इस करके इस पैनल तो अपने आप को अलग कर लिया क्योंकि किसान कमेटी के सामने आना नहीं चाहते, किसान कमेटी की कोई होंद नहीं मानते, सुप्रीम कोर्ट वालों ये कमेटी बनाई गई थी। सो इस करके इन्हें दे जज्बात भी जुड़े हुए हैं, खुद एक किसान नेता है 1990 से 1996 तक राज्यसभा के मैंबर रहे हैं ड्यूरिंग PV नरसिम्हा राव तो चंद्रशेखर आजाद उस टाइम प्राइम मिनिस्टर से, उदो मान साहब भी एक्टिव सके, तो इस वक्त इन्हों वालों ये पैनल तो अलग कर लेना अपने आप को कि इन्हों का अपना एक निजी डिसीजन है। इन्हों वालों कहा गया कि कोई इन्हों की मजबूरी या किसी तरह का कोई प्रैशर इन्हों के उपर नहीं सी, किसान कमेटी नू नहीं मन रहे इस करके इन्होंने अपने आप को पैनल तो अलग कर लिया। असी उम्मीद करते हैं कि जल्द तो जल्दी इदा कोई ना कोई हल जरूर निकलेगा। कैमरामैन रजत दे नाल सुशील गर्चा, दैनिक सवेरा मोहाली। All World Open Challenge 17-time gold medalist Mia Rafiq Mohammed, Pandit Maulvi Begum Tantrik, Inna Chora Thagga to Savdan, Specialist Vashikaran Sitta Number Love Marriage, Pati Patni ch Anban, Videsh ch Pakka Hona, Karobar da Na Chalana, Sirf 31 Ghantiyan vich Samadhan, Free 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 Mia Rafiq Mohammed Mobile 84374 94647 84374 94648।